اعوذ باللہ من الشیطان الرجیم بسم اللہ الرحمن الرحیم الف لام میم ہار گئے رومی نیڑے دی زمین وچ تے او اپنے ہار جان تو پیچھے ہون جت جان گے کچھ وریاں وچ اللہ دے ہاتھ کام اے دو پہلے تے ادوں پیچھے تے اس دن خوش ہون گے ایمان والے بھی اللہ دی مدد نال مدد کرے جس دی چاہے ਕਿ ਉਹੋ ਹੀ ਇਹ ਜ਼ੋਰ ਆਵਰ ਮਿਹਰਬਾਨ ਵਾਦਾ ਹੋਇਆ ਅੱਲਾ ਦਾ ਨਾ ਖਿਲਾਫ ਕਰੇਗਾ ਅੱਲਾ ਆਪਣੇ ਵਾਦੇ ਦਾ ਪਰ ਬਹੁਤੇ ਲੋਕ ਨਹੀਂ ਜਾਣਦੇ ਜਾਣਦੇ ਨੇ ਉਸ ਤੋਂ ਤੋਂ ਲੋਕ ਜਿਉਣਾ ਦੁਨੀਆ ਦਾ ਤੇ ਉਹ ਆਖਰਤ ਤੋਂ ਬੇਸੂਰਤ ਨੇ ਭਲਾ ਸੋਚਿਆ ਨਹੀਂ ਨੇ ਆਪਣੀ ਜੀਆਂ ਵਿੱਚ ਭਈ ਨਹੀਂ ਪੈਦਾ ਕੀਤੇ ਅੱਲਾ ਨੇ ਅਸਮਾਨ ਤੇ ਜ਼ਮੀਨ ਤੇ ਜੋ ਵਿਚਕਾਰ ਹੈ ਉਹਨਾਂ ਦੇ ਪਰ ਠੀਕ ਤਦਬੀਰ ਨਾਲ ਤੇ ਮੁੱਦਤ ਮੁਕਰਰ ਕਰਕੇ ਤੇ ਜ਼ਰੂਰ ਬਤੇਰੇ ਲੋਕ ਆਪਣੇ ਰੱਬ ਦਾ ਮਿਲਣਾ ਨਹੀਂ ਮੰਨਦੇ ਭਲਾਤੇ ਫਿਰੇ ਨਹੀਂ ਕਦੀ ਮੁਲਕ ਵਿੱਚ ਫਿਰ ਵੇਖਦੇ ਕੀ ਕਰਨ ਹੋਇਆ ਉਹ ਕੋਨਾ ਦਾ ਜਿਹੜੇ ਪਹਿਲੇ ਸਣ ਇਹਨਾਂ ਦੇ ਉਹ ਬਦੇਰੇ ਮਜ਼ਬੂਤ ਸਣ ਇਹਨਾਂ ਨਾਲ ਜ਼ੋਰ ਵਿੱਚ ਤੇ ਵਾਈਉ ਨੇ ਜ਼ਮੀਨ ਤੇ ਆਬਾਦ ਕੀਤੋ ਨੇ ਉਹਨੂੰ ਬਦੇਰਾ ਇਹਨਾਂ ਦੇ ਆਬਾਦ ਕਰਨ ਨਾਲੋਂ ਤੇ ਆਏ ਉਹਨਾਂ ਕੋਲ ਪੈਗੰਬਰ ਉਹਨਾਂ ਦੇ ਸਾਬਤ ਦਲੀਲਾਂ ਲੈ ਕੇ ਫਿਰ ਅਜੇ ਨਹੀਂ ਸੀ ਅੱਲਾ ਜੋ ਜ਼ੁਲਮ ਕਰੇ ਉਹਨਾਂ ਉੱਤੇ ਪਰ ਆਪ ਆਪਣੇ ਉੱਤੇ ਜ਼ੁਲਮ ਕਰਦੇ ਸਨ ਫੇਰ ਹੋਇਆ ਔੜਕ ਬੁਰਾ ਕਰਨ ਵਾਲਿਆਂ ਦਾ ਬੁਰਾ ਇਸ ਵਾਸਤੇ ਜਿ ਜੁਠਲਾਈਓ ਨੇ ਆਇਤਾ ਅੱਲਾ ਦੀਆਂ ਤੇ ਰਹਿ ਉਹਨਾਂ ਨਾਲ مخਾਲ ਕਰਦੇ ਅੱਲਾ ਪਹਿਲੇ ਪੈਦਾ ਕਰਦਾ ਹੈ ਹਲਕਤ ਨੂੰ ਫੇਰ ਧਰਾਈਗਾ ਉਸ ਨੂੰ ਫੇਰ ਉਸੇ ਹੀ ਬਲ ਮੋੜੇ ਜਾਓਗੇ ਤੇ ਜਿਸ ਦਿਨ ਆਖ ਲੋਵੇਗੀ ਕਿਆਮਤ ਆਸ ਤੋੜ ਬੈਣਗੇ ਪਾਪੀ ਤੇ ਨਾ ਹੋਣਗੇ ਉਹਨਾਂ ਲਈ ਉਹਨਾਂ ਦੇ ਸ਼ਰੀਕਾਂ ਵਿੱਚੋਂ ਕੋਈ ਸ਼ਫਾਤ ਕਰਨ ਵਾਲੇ ਤੇ ਹੋ ਜਾਣਗੇ ਆਪਣੇ ਸ਼ਰੀਕਾਂ ਤੋਂ ਮੁਨਕਰ ਕਿ ਜਿਸ ਦਿਨ ਆਖਲੋ ਨੇ ਕੀ ਕਿਆਮਤ ਉਸ ਦਿਨ ਟੋਲੇ ਟੋਲੇ ਹੋ ਜਾਣਗੇ ਫਿਰ ਜਿਨ੍ਹਾਂ ਤੇ ਮੰਨਿਆ ਤੇ ਕੀਤੀਆਂ ਪਲਿਆਈਆਂ ਸੋ ਉਹ ਬਹਿਸਤ ਵਿੱਚ ਰਾਜ਼ੀ ਕੀਤੇ ਜਾਣਗੇ ਤੇ ਜਿਹੜੇ ਬੇਈਮਾਨ ਹੋਏ ਤੇ ਝੁਖਲਾਈਆਂ ਨੇ ਆਇਤਾ ਸਾਡੀਆਂ ਤੇ ਮਿਲਣਾ ਆਖਰਤ ਦਾ ਸੋ ਉਹ ਅਜ਼ਾਬ ਵਿੱਚ ਫੜੇ ਆਉਣਗੇ ਆਖੋ ਬੇਬੇ ਅੱਲਾ ਜਦ ਤੁਸੀਂ ਸ਼ਾਮ ਕਰੋ ਤੇ ਜਦ ਫਜ਼ਰ ਕਰੋ ਤੇ ਤੀਸਰੇ ਪੈਰ ਤੇ ਪੇਸ਼ੀ ਵੇਲੇ ਤੇ ਉਸੇ ਜਿਹੇ ਸੋਬਾ ਅਸਮਾਨਾ ਤੇ ਜ਼ਮੀਨ ਵਿੱਚ ਕਰਦਾ ਜਿਉਂਦੇ ਨੂੰ ਮੋਏ ਵਿੱਚੋਂ ਤੇ ਕਰਦਾ ਮੋਏ ਨੂੰ ਜਿਉਂਦੇ ਵਿੱਚੋਂ ਤੇ ਜਵਾਨ ਦਾ ਜ਼ਮੀਨ ਨੂੰ ਪਿੱਛੇ ਉਸ ਦੇ ਮਰਨੇ ਦੇ ਤੇ ਇਸੇ ਤਰ੍ਹਾਂ ਤੁਸੀਂ ਕੱਢਿਆ ਜਾਣਾ ਕਬਰਾਂ ਵਿੱਚੋਂ ਤੇ ਉਸ ਦੀਆਂ ਨਿਸ਼ਾਨੀਆਂ ਵਿੱਚ ਹੋਈ ਏ ਜੋ ਪੈਦਾ ਕੀਤਾ ਸੁ ਤੁਹਾਨੂੰ ਮਿੱਟੀ ਤੋਂ ਫਿਰ ਤਦੋਂ ਹੀ ਤੁਸੀਂ ਆਦਮੀ ਬਣਦੇ ਈ ਖਿਲਰਦੇ ਟੁਰੀ ਗਏ ਤੇ ਉਹਦੀਆਂ ਨਿਸ਼ਾਨੀਆਂ ਵਿੱਚੋਂ ਇਹ ਜੋ ਪੈਦਾ ਕੀਤੀਆਂ ਸੁ ਤੁਸਾਂ ਲਈ ਤੁਸਾਂ ਦੀਆਂ ਜਾਨਾਂ ਵਿੱਚੋਂ ਬੀਵੀਆਂ ਤੇ ਆਰਾਮ ਪਾਓ ਉਹਨਾਂ ਕੋਲ ਤੇ ਪੈਦਾ ਕਰ ਦਿੱਤਾ ਸੂਤ ਤੁਸਾਂ ਵਿੱਚ ਪਿਆਰ ਤੇ ਮੇਹਰ ਜ਼ਰੂਰ ਇਸ ਵਿੱਚ ਨੇ ਨਿਸ਼ਾਨੀਆਂ ਲੋਕਾਂ ਵਾਸਤੇ ਜਿਹੜੇ ਸੋਚਦੇ ਨੇ ਤੇ ਉਹਦੀਆਂ ਨਿਸ਼ਾਨੀਆਂ ਵਿੱਚੋਂ ਹੀ ਪੈਦਾ ਕਰਨਾ ਅਸਮਾਨਾਂ ਤੇ ਜ਼ਮੀਨ ਦਾ ਤੇ ਪਾਤ ਪਾਤ ਹੋਣਾ ਤੁਹਾਡੀਆਂ ਬੋਲੀਆਂ ਦਾ ਤੇ ਤੁਹਾਡੇ ਰੰਗਾਂ ਦਾ ਜ਼ਰੂਰ ਇਸ ਵਿੱਚ ਨੇ ਨਿਸ਼ਾਨੀਆਂ ਦਾਣਾ ਲੋਕਾਂ ਵਾਸਤੇ ਤੇ ਉਹਦੀਆਂ ਨਿਸ਼ਾਨੀਆਂ ਵਿੱਚੋਂ ਇਹ ਸੋਨਾ ਤੁਹਾਡਾ ਰਾਤ ਤੇ ਦਿਨ ਨੂੰ ਕਿ ਤੁੰਨਾ ਤੁਸਾਂ ਦਾ ਉਹਦੇ ਫਜ਼ਲ ਵਿੱਚੋਂ ਜ਼ਰੂਰ ਐ ਇਸ ਵਿੱਚ ਨੇ ਨਿਸ਼ਾਨੀਆਂ ਲੋਕਾਂ ਵਾਸਤੇ ਜੋ ਸੁਣਦੇ ਨੇ ਉਹਦੀਆਂ ਨਿਸ਼ਾਨੀਆਂ ਵਿੱਚੋਂ ਐ ਜੋ ਬਖਾਂਦਾ ਤੁਹਾਨੂੰ ਲਿਸ਼ਕ ਦਰ ਤੇ ਉਮੀਦ ਲਈ ਤੇ ਉਤਾਰਦਾ ਆ ਅਸਮਾਨੋਂ ਪਾਣੀ ਫਿਰ ਜਵਾਂਦਾ ਉਸ ਨਾਲ ਜ਼ਮੀਨ ਨੂੰ ਪਿੱਛੇ ਉਸ ਦੇ ਮਰਨੇ ਦੇ ਜ਼ਰੂਰ ਇਸ ਵਿੱਚ ਨੇ ਨਿਸ਼ਾਨੀਆਂ ਲੋਕਾਂ ਵਾਸਤੇ ਜੋ ਅਕਲ ਕਰਦੇ ਨੇ ਤੇ ਉਹਦੀਆਂ ਨਿਸ਼ਾਨੀਆਂ ਵਿੱਚੋਂ ਐ ਇਹ ਜੋ ਖਲੋਤਾ ਐ ਅਸਮਾਨ ਤੇ ਜ਼ਮੀਨ ਉਹਦੇ ਹੁਕਮ ਨਾਲ ਫਿਰ ਜਦ ਸੱਦੇਗਾ ਤੁਹਾਨੂੰ ਇੱਕੋ ਵਾਰ ਸਦਨਾ ਜ਼ਮੀਨੋਂ ਤਦੋਂ ਹੀ ਤੁਸੀਂ ਨਿਕਲ ਪਾਓਗੇ ਇਹ ਉਸੇ ਹੀ ਦਾ ਹੈ ਜੋ ਕੋਈ ਆਸਮਾਨਾਂ ਤੇ ਜ਼ਮੀਨ ਵਿੱਚ ਹਰ ਇੱਕ ਉਹਦੇ ਫਰਮਾਬਰਦਾਰ ਨੇ ਉਹੋ ਹੀ ਹੈ ਜੋ ਪਹਿਲੇ ਪੈਦਾ ਕਰਦਾ ਹੈ ਹਲਕਤ ਨੂੰ ਫਿਰ ਦੁਹਰਾਏਗਾ ਉਸ ਨੂੰ ਤੇ ਉਹ ਸੌਖਾ ਹੈ ਉਹਦੇ ਅੱਗੇ ਤੇ ਉਹਦੀ ਸ਼ਿਫਤ ਸਭ ਨਾਲੋਂ ਉੱਚੀ ਆਸਮਾਨਾਂ ਤੇ ਜ਼ਮੀਨ ਵਿੱਚ ਤੇ ਉਹੋ ਹੀ ਜ਼ੋਰਾਬਰ ਹਕਮਤ ਵਾਲਾ ਬਿਆਨ ਕੀਤਾ ਤੂ ਤੁਸੀਂ ਇੱਕ ਖਾਨ ਤੁਸੀਂ ਹੀ ਦਿਹਾਲ ਵਿੱਚੋਂ ਭਲਾ ਹੈਂ ਤੁਸੀਂ ਦੇ ਕੋਈ ਬਰਾਬਰ ਦੇ ਸ਼ਰੀਕ ਤੁਸੀਂ ਦੇ ਗੁਲਾਮਾਂ ਵਿੱਚੋਂ ਉਸ ਰੋਜੀ ਵਿੱਚ ਜੋ ਅਸਾਂ ਦਿੱਤੀ ਹੈ ਤੁਹਾਨੂੰ ਤੇ ਤੁਸੀਂ ਡਰਦੇ ਹੋਵੋ ਉਹਨਾਂ ਤੋਂ ਜਿਸ ਤਰ੍ਹਾਂ ਆਪੇ ਵਿੱਚ ਆਪਣੀ ਬਰਾਦਰੀ ਵਾਲਿਆਂ ਤੋਂ ਡਰਦੇ ਹੋ ਇਸੇ ਤਰ੍ਹਾਂ ਅਸੀਂ ਜੁਦਾ ਜੁਦਾ ਬਿਆਨ ਕਰਨੇ ਆ ਪਤੇ ਲੋਕਾਂ ਵਾਸਤੇ ਜੋ ਅਕਲ ਕਰਦੇ ਨੇ ਸਗੋਂ ਤੁਰੇ ਨੇ ਜ਼ਾਲਮ ਆਪਣੇ ਮਨ ਦੀ ਚਾਹ ਉੱਤੇ ਬਿਨ ਸਮਝੇ ਹੇ ਕੋਣ ਰਹਾ ਆਪੈ ਜਿਸ ਨੂੰ ਰੋਹ ਬੁਲਾਇਆ ਅੱਲਾ ਨੇ ਤੇ ਨਹੀਂ ਉਹਨਾਂ ਦਾ ਮਦਦਗਾਰਾਂ ਵਿੱਚੋਂ ਕੋਈ ਸੋ ਤੂੰ ਸਿੱਧਾ ਰੱਖ ਮੂੰ ਆਪਣਾ ਦੀਨ ਉੱਤੇ ਇੱਕ ਤਰਫਾ ਹੋ ਕੇ ਉਸੇ ਸ੍ਰਿਸ਼ਟ ਅੱਲਾ ਦੀ ਉੱਤੇ ਜਿਸ ਉੱਤੇ ਖਮੀਰ ਰੱਖਿਆ ਸੂ ਲੋਕਾਂ ਦਾ ਬਦਲਣਾ ਨਹੀਂ ਅੱਲਾ ਦੀ ਬਣਾਈ ਹੋਈ ਨੂੰ ਇਹੋ ਹੀ ਹੈ ਦੀਨ ਸਿੱਧਾ ਪਰ ਬਹੁਤੇ ਲੋਕ ਨਹੀਂ ਜਾਣਦੇ ਕਾਇਮ ਹੋ ਜਾਓ ਸਾਰੇ ਉਸੇ ਵਾਲੇ ਮੁੜ ਆ ਕੇ ਤੇ ਬਚਦੇ ਰਹੋ ਉਸ ਤੋਂ ਤੇ ਦਰੁਸਤ ਪਰਦੇ ਰੋ ਨਮਾਜ਼ ਤੇ ਨਾ ਹੋਵੋ ਸ਼ਰਕ ਕਰਨ ਵਾਲਿਆਂ ਵਿੱਚੋਂ ਉਹਨਾਂ ਵਿੱਚੋਂ ਜਿੰਨਾ ਫੁੱਟ ਪਾਈ ਆਪਣੇ دین ਵਿੱਚ ਤੇ ਹੋ ਗਏ ਕਈ ਟੜੇ ਹਰ ਟੜੇ ਦੇ ਲੋਕ ਆਪਣੇ ਕੋਲ ਦੇ ਖਿਆਲ ਉੱਤੇ ਮਸਤ ਹੋ ਰਹੇ ਨੇ ਜਦ ਲੱਗੇ ਲੋਕਾਂ ਨੂੰ ਦੁੱਖ ਦੁਆ ਮੰਗਦੇ ਨੇ ਆਪਣੇ ਰੱਬ ਤੋਂ ਮੁੜ ਆ ਕੇ ਉਸ ਵੱਲ ਫਿਰ ਜਦ ਚਖਾਏ ਉਹਨਾਂ ਨੂੰ ਆਪਣੇ ਵੱਲੋਂ ਕੁਝ ਮਿਹਰ ਤਦੋਂ ਹੀ ਇਕ ਟੋਲਾ ਉਹਨਾਂ ਵਿੱਚੋਂ ਆਪਣੇ ਰੱਬ ਨਾਲ ਸ਼ਰੀਕ ਬਣਾਉਂਦੇ ਨੇ ਤਾਂ ਮੁਕਰ ਜਾਣੋ ਉਸ ਤੋਂ ਜੋ ਦਿੱਤਾ ਅਸਾਂ ਉਹਨਾਂ ਨੂੰ ਸੋ ਖਾਡਾ ਲਓ ਹੁਣ ਅੱਗੇ ਜਾਣ ਲਓਗੇ ਬਲਾ ਉਤਾਰੀ ਅਸਾਂ ਉਹਨੂੰ ਉੱਤੇ ਕੋਈ ਦਲੀਲ ਸੋ ਉਹ ਬੋਲਦੀ ਏ درست ਹੋਣਾ ਉਸ ਦਾ ਜਿਸ ਨੂੰ ਸ਼ਰੀਕ ਬਣਾ ਰਹੇ ਨੇ ਤੇ ਦੱ ਚਖਾਇਆ ਅਸਾਂ ਲੋਕਾਂ ਨੂੰ ਕੁਝ ਮਿਹਰ ਮਸਤ ਹੋ ਜਾਂਦੇ ਨੇ ਉਸ ਨਾਲ ਤੇ ਜੇ ਪਹੁੰਚੀ ਉਹਨਾਂ ਨੂੰ ਸਖਤੀ ਬਦਲੇ ਉਸ ਦੇ ਜੋ ਅੱਗੇ ਤੋਰਿਆ ਉਹਨਾਂ ਦੇ ਹੱਥਾਂ ਨੇ ਤਦੋਂ ਹੀ ਉਹ ਆਸ ਤੋੜ ਬੈਂਦੇ ਨੇ ਪਲਾ ਦੇ ਦੇਖਿਆ ਨਹੀਂ ਨਹੀਂ ਭਾਈ ਅੱਲਾ ਕੁਸ਼ਾਇਸ਼ ਕਰਦਾ ਹੈ ਰਿਜ਼ਕ ਦੀ ਜਿਹਦੇ ਲਈ ਚਾਏ ਤੇ ਤੰਗੀ ਕਰਦਾ ਹੈ ਜਿਸ ਲਈ ਚਾਏ ਜ਼ਰੂਰ ਇਸ ਵਿੱਚ ਨੇ ਨਿਸ਼ਾਨੀਆਂ ਲੋਕਾਂ ਵਾਸਤੇ ਜਿਹੜੇ ਮੰਨਦੇ ਨੇ ਉਹ مومਨੋ ਦਿਓ ਸਾਕੇਦਾਰਾਂ ਨੂੰ ਹਾਕੋ ਦਾ ਤੇ ਭੁੱਖੇ ਤੇ ਰਾਈ ਨੂੰ ਇਹ ਚੰਗਾ ਹੈ ਉਹਨਾਂ ਲਈ ਜਿਹੜੇ ਚਾਹਦੇ ਨੇ ਰਜ਼ਾ ਅੱਲਾ ਦੀ ਤੇ ਉਹ ਹੀ ਨਿਆਲ ਹੋਏ ਨੇ ਤੇ ਜੋ ਦਿੱਤਾ ਜੇ ਵਿਆਜ ਤਾਂ ਵੱਧ ਜਾਏ ਲੋਕਾਂ ਦੇ ਮਾਲਾਂ ਵਿੱਚ ਸੋ ਨਹੀਂ ਵੱਧਦਾ ਅੱਲਾ ਦੇ ਨਜ਼ਦੀਕ ਤੇ ਜੋ ਦਿੱਤੀ ਜੇ ਜ਼ਕਾਤ ਚਾਹਦੇ ਆਂ ਰਜ਼ਾ ਅੱਲਾ ਦੀ ਸੋ ਉਹੋ ਹੀ ਨੇ ਜਿਨ੍ਹਾਂ ਦੇ ਦੂਨੇ ਹੋਏ ਅੱਲਾ ਉਹ ਹੈ ਜਿਸ ਪੈਦਾ ਕੀਤਾ ਤੁਹਾਨੂੰ ਫਿਰ ਰਿਜ਼ਕ ਦਿੱਤਾ ਤੁਹਾਨੂੰ ਫਿਰ ਮਾਰਦਾ ਹੈ ਤੁਹਾਨੂੰ ਫਿਰ ਜੁਆਏਗਾ ਤੁਹਾਨੂੰ ਪਲਾ ਹੈ ਕੋਈ ਤੁਸਾਂ ਦੇ ਸ਼ਰੀਕਾਂ ਵਿੱਚੋ ਜਿਹੜਾ ਕਰੇ ਇਨ੍ਹਾਂ ਕੰਮਾਂ ਵਿੱਚੋ ਕੁਝ ਵੀ ਉਹ ਬੇਅੈਬ ਤੇ ਉੱਚਾ ਹੈ ਉਸ ਤੋਂ ਜਿਸ ਨੂੰ ਸ਼ਰੀਕ ਬਣਾਉਂਦੇ ਨੇ ਐਲ ਗਿਆ ਫਸਾਦ ਖੁਸ਼ਕੀ ਤੇ ਸਮੁੰਦਰ ਵਿੱਚ ਬਦਲੇ ਉਸ ਦੇ ਜੋ ਕਮਾਇਆ ਲੋਕਾਂ ਦੇ ਹੱਥਾਂ ਨੇ ਤਾਂ ਚਖਾਏ ਉਹਨਾਂ ਨੂੰ ਕੁਝ ਸਜ਼ਾ ਉਸ ਕਰਤਬ ਦੀ ਜੋ ਕੀਤੋ ਨੇ ਸ਼ਾਇਦ ਉਹ ਬਾਜ਼ ਆ ਜਾਣ ਐ ਹਬੀਬ ਆਖੋ ਫਿਰੋ ਮੁਲਕ ਵਿੱਚ ਫਿਰ ਵੇਖੋ ਕੀ ਕਲ ਹੋਇਆ ਉਹ ਲੋਕਾਂ ਦਾ ਜਿਹੜੇ ਪਹਿਲੇ ਸਨ ਹੈ ਸਨ ਬਹੁਤ ਉਹਨਾਂ ਵਿੱਚੋਂ ਸ਼ਿਰਕ ਕਰਨ ਵਾਲੇ ਸੋ ਤੂੰ ਸਿੱਧਾ ਰੱਖ ਰੋਖ ਆਪਣਾ ਸਿੱਧੇ ਦੀਨ ਉਤੇ ਪਹਿਲੇ ਆਉਣੇ ਉਸ ਦਿਨ ਦੇ ਜੋ ਨਹੀਂ ਮੁੜਨਾ ਉਸ ਲਈ ਅੱਲਾ ਵੱਲੋਂ ਉਸ ਦਿਨ ਲੋਕ ਜੁਦਾ ਜੁਦਾ ਹੋ ਜਾਣਗੇ ਜਿਹੜਾ ਬੇਈਮਾਨ ਹੋਇਆ ਸੋ ਉਸੇ ਉੱਤੇ ਬਬਾਲ ਉਹਦੀ ਬੇਈਮਾਨ ਹੋਣੇ ਦਾ ਤੇ ਜਿਨ ਕੀਤੀ ਬਲਿਆਈ ਸੋ ਆਪਣੇ ਲਈ ਆਰਾਮ ਦੀ ਜਗ੍ਹਾ ਤਿਆਰ ਕਰਦੇ ਨੇ ਤਾਂ ਬਦਲਾ ਦੇ ਅੱਲਾ ਆਪਣੇ ਫਜ਼ਲ ਨਾਲ ਉਹਨਾਂ ਨੂੰ ਜਿੰਨਾ ਮੰਨਿਆ ਤੇ ਕੀਤੀਆਂ ਬਲਿਆਈਆਂ ਜ਼ਰੂਰ ਉਹਨਾਂ ਨਹੀਂ ਪਾਉਂਦੇ ਬੇਈਮਾਨ ਨਾਲੇ ਉਹਦੀਆਂ ਨਿਸ਼ਾਨੀਆਂ ਵਿੱਚੋਂ ਹੀ ਇਹ ਜੇ بھیجتا ہے خوشخبری دن والی ہواوا جی تمہوں کچھ مزہ اپنی مہر کا چکھاوے تو ترن جہاز دے حکم نال تے ٹونڈو تسی او دا فضل یعنی تجارت لئی سفر کرو تے او دا شکر ادا کرو کہ ضرور بر ضرور پیجے جے اساں پہلے تیرے کئی پیغمبر اپنی اپنی قوم بل پھر لے آئے انہاں کو صاف دلیلہ پھر بدلہ لیا آ اساں انہاں تو جنہاں پاپ کیتا تے ساڈے ذمے ضرور سی مدد کرنی ਇਮਾਨ ਵਾਲਿਆਂ ਦੀ ਅੱਲਾ ਉਹ ਏ ਜਿਹੜਾ ਤੇਜਦਾ ਹਵਾਵਾਂ ਫੇ ਚੁਕਲੀ ਆਉਂਦੀਆਂ ਨੇ ਬੱਦਲ ਨੂੰ ਫੇਰ ਫੈਲਾਉਂਦਾ ਏ ਉਸ ਨੂੰ ਆਸਮਾਨ ਵਿੱਚ ਜਿਸ ਤਰ੍ਹਾਂ ਚਾਹੇ ਤੇ ਕਰਦਾ ਉਸ ਨੂੰ ਟੁਕੜੇ ਟੁਕੜੇ ਫੇਰ ਵੇਖਨੇ ਤੂੰ ਮੀਂਹ ਨਿਕਲਦਾ ਬੱਦਲ ਦੇ ਸੁਰਾਖਾਂ ਵਿੱਚੋਂ ਫੇਰ ਜਦ ਪੁਛਾ ਦਿੰਦਾ ਉਸ ਨੂੰ ਜਿਸ ਨੂੰ ਚਾਹੇ ਆਪਣੇ ਬੰਦਿਆਂ ਵਿੱਚੋਂ ਉਸੇ ਵੇਲੇ ਉਹ ਖੁਸ਼ੀਆਂ ਕਰਦੇ ਨੇ ਤੇ ਜ਼ਰੂਰ ਹੋ ਰੈ ਸਨਾ ਉਮੀਦ بارش ਵਰਣ ਤੋਂ ਪਹਿਲਾਂ ਸੋ ਵੇਖ ਲਾ ਜੀ ਮਹਿਰ ਦੀਆਂ ਨਿਸ਼ਾਨੀਆਂ ਵਾਲ ਇਸ ਤਰ੍ਹਾਂ ਜਵਾਨ ਦਾ ਜ਼ਮੀਨ ਨੂੰ ਪਿੱਛੇ ਉਸ ਦੇ ਮਰਨੇ ਦੇ ਜ਼ਰੂਰ ਉਹ ਹੀ ਜਵਾਨ ਵਾਲਾ ਮੁਰਦਿਆਂ ਨੂੰ ਤੇ ਉਹਦਾ ਹਰ ਕਾਸੇ ਉੱਤੇ ਵਸ ਚੱਲਦਾ ਹੈ ਇਹ ਭੇਜੀਏ ਅਸੀਂ ਅਜੇ ਹੀ ਹਵਾ ਜਿਹਦੇ ਸਬਬੋਂ ਵੇਖਣ ਹਰੀ ਭਰੀ ਪੈਰੀ ਨੂੰ ਜ਼ਰਦ ਹੋਈ ਹੋਈ ਤਾਂ ਸਾਰਾ ਦਿਨ ਰਹਿਣ ਉਹਦੇ ਪਿੱਛੇ ਨਾ ਸ਼ੁ크ਰੀ ਕਰਦੇ ਉਹ ਤੂੰ ਜ਼ਰੂਰ ਨਹੀਂ ਸੁਣਾ ਸਕਦਾ ਮੋਇਆਂ ਨੂੰ ਤੇ ਨਾ ਸੁਣਾ ਸਕਣਾ ਤੂੰ ਬੋਲਿਆਂ ਨੂੰ ਆਵਾਜ਼ ਮੁਰ ਜਾਣ ਮਗਰ ਫੇਰ ਕੇ ਤੇ ਨਾ ਤੇਰਾ ਕਾਮੇ ਰਾਹ ਪਾਣਾ ਅੰਨਿਆਂ ਨੂੰ ਉਹਨਾਂ ਦੇ ਕੋਰਾ ਨਹੀਂ ਸੁਣਾਉਂਦਾ ਤੂੰ ਪਰ ਉਹਨੂੰ ਜਿਹੜਾ ਮੰਨਦਾ ਹੈ ਤਾਂ ਸਾਡੀਆਂ ਸੋ ਉਹਨੇ ਮੰਨਣ ਵਾਲੇ ਅੱਲਾ ਓਏ ਜਿਸ ਪੈਦਾ ਕੀਤਾ ਤੁਹਾਨੂੰ ਕਮਜ਼ੋਰ ਹਾਲਤ ਤੋਂ ਫੇਰ ਕਰ ਦਿੱਤਾ ਪਿੱਛੇ ਕਮਜ਼ੋਰੀ ਦੇ ਜ਼ੋਰ ਫੇਰ ਕਰ ਦਿੱਤੀ ਪਿੱਛੇ ਜ਼ੋਰ ਦੇ ਕਮਜ਼ੋਰੀ ਤੇ ਬੁਢੇਪਾ ਪੈਦਾ ਕਰਦਾ ਹੈ ਜੋ ਚਾਹਦਾ ਹੈ ਤੇ ਉਹ ਜਾਣੂ ਹੈ ਕਰਨ ਜੋਗ ਜਿੱਤੇ ਜਿਸ ਦਿਨ ਆਖ ਲੋਵੇ ਜੀ ਕਿਆਮਤ ਕਸਮਾ ਖਾਨਗੇ ਪਾਪੀ ਪਈ ਰਹੇ ਨਹੀਂ ਸੰ ਠਹਿਰੇ ਸਵਾ ਇੱਕ ਘੜੀ ਦੇ ਇਸੇ ਤਰ੍ਹਾਂ ਧੋਖਾ ਖਾਂਦੇ ਸਣੀ ਪਈ ਜਿਉ ਸਦਾ ਇੱਥੇ ਹੀ ਰਹਿਣਾ ਨੇ ਆਖਣਗੇ ਜਿਨ੍ਹਾਂ ਨੂੰ ਮਿਲਿਆ ਇਲਮ ਤੇ ਇਮਾਨ ਜ਼ਰੂਰ ਰਹੇ ਹੋ ਤੁਸੀਂ ਮੁਆਫਕ ਅੱਲਾ ਦੇ ਲਿਖੇ ਦੇ ਮਰ ਕੇ ਜੀਉਣੇ ਦੇ ਦਿਨ ਤੱਕ ਸੋ ਇਹ ਦਿਨੇ ਮਰ ਕੇ ਜੀਉਣ ਦਾ ਪਰ ਤੁਸੀਂ ਨਹੀਂ ਸੋ ਜਾਣਦੇ ਉਸ ਦਿਨ ਨਫਾ ਨਾ ਦੇਗਾ ਜ਼ਾਲਮਾਂ ਨੂੰ ਉਜ਼ਰ ਕਰਨਾ ਹੋਣਾ ਦਾ ਕਿ ਨਾ ਉਹਨਾਂ ਤੋਂ ਤੋਬਾ ਕਰਵਾਈ ਜਾਏਗੀ ਜਰੂਰ ਬਿਆਨ ਕੀਤਾ ਅਸਾਂ ਲੋਕਾਂ ਵਾਸਤੇ ਇਸ ਕੁਰਾਨ ਵਿੱਚ ਹਰ ਤਰ੍ਹਾਂ ਦਾ ਖਾਨ ਤੇ ਜੇ ਲਿਆਵੇਂ ਤੂੰ ਉਹਨਾਂ ਕੋਲ ਕੋਈ ਨਿਸ਼ਾਨੀ ਤਾਂ ਅੱਖਾਂ ਜਿਹੜੇ ਬੇਈਮਾਨ ਹੋਏ ਨਹੀਂ ਤੁਸੀਂ ਪਰ ਝੂਠ ਬਣਾਉਣ ਵਾਲੇ ਅਛੇ ਤਰ੍ਹਾਂ ਮੋਰ ਲਾਂਦਾ ਹੀ ਅੱਲਾ ਉਹਨਾਂ ਦੇ ਦਿਲਾਂ ਉਤੇ ਜਿਹੜੇ ਨਹੀਂ ਜਾਣਦੇ اے ਹਬੀਬ ਸੋ ਸਬਰ ਕਰੋ ਵਾਦਾ ਅੱਲਾ ਦਾ ਜ਼ਰੂਰ ਸੱਚਾ ਹੈ ਜੇ ਨਾ ਪੈੜਾ ਪਾ ਦੇਣ ਤੈਨੂੰ ਜਿਹੜੇ ਨਹੀਂ ਯਕੀਨ ਕਰਦੇ